ਲੰਮੇ ਸਮੇਂ ਤੋਂ ਕਈ ਅੜਚਨਾ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਆਖਿਰਕਾਰ ਹਾਈਕੋਰਟ ਦੇ ਹੁਕਮਾਂ ਮੁਤਾਬਕ 15 ਮਾਰਚ ਨੂੰ ਹੋਣ ਜਾ ਰਹੀ ਹੈ, ਜਿਸ ਵਿਚ ਪੂਰੇ ਕਿਆਸ ਨੇ ਕਿ ਸੁਖਬੀਰ ਬਾਦਲ ਦੇ ਨਜ਼ਦੀਕੀ ਮਨਜਿੰਦਰ ਸਿਰਸਾ ਨੂੰ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇਗਾ। ਪਰ ਕੀ ਭਾਜਪਾ ਦੇ ਵਿਧਾਇਕ ਅਤੇ ਸਿਆਸੀ ਰਸੂਖ ਵਾਲੇ ਸਿਰਸਾ ਸਿੱਖ ਰਹਿਤ ਮਰਿਆਦਾ ਦੇ ਮਾਪਦੰਡਾਂ ਤੇ ਇਸ ਹੱਦ ਤੱਕ ਖਰੇ ਉਤਰਦੇ ਨੇ ਕਿ ਉਨ੍ਹਾਂ ਨੂੰ ਕਮੇਟੀ ਦੀ ਪ੍ਰਧਾਨਗੀ ਸੌਂਪੀ ਜਾ ਸਕੇ? ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਯਾਨੀ ਸਰਨਾ ਭਰਾਵਾਂ ਨੇ ਸਿਰਸਾ ਤੇ ਘੁਟਾਲਿਆਂ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਸਿਰਸਾ ਨੇ ਕਮੇਟੀ ਦਾ ਜਨਰਲ ਸਕੱਤਰ ਰਹਿੰਦਿਆਂ ਅਨੇਕਾਂ ਫਰਜ਼ੀ ਬਿੱਲ ਬਣਾਏ ਅਤੇ ਗੁਰੂ ਦੀ ਗੋਲਕ ਚੋਂ ਕਈ ਘੁਟਾਲੇ ਕੀਤੇ। ਗੁਰਦੁਆਰੇ ਦੀ ਗੋਲਕ ਨੂੰ ਕਿਸ ਤਰ੍ਹਾਂ ਨਾਲ ਆਪਣੀ ਲਗਜ਼ਰੀ ਲਈ ਇਸਤੇਮਾਲ ਕੀਤਾ ਜਾ ਰਿਹਾ, ਉਸ ਦੇ ਸਬੂਤ ਇਹ ਬਿੱਲ ਨੇ, ਜਿੱਥੇ 30,000 ਰੁਪਏ ਵਿੱਚ ਮਹਿਜ਼ 2 ਚਸ਼ਮੇ ਖਰੀਦੇ ਗਏ ਨੇ ਅਤੇ 22,000 ਰੁਪਏ ਦੇ ਮੋਬਾਈਲ ਤੇ ਟੈਬਲੇਟ ਮੀਡੀਆ ਨੂੰ ਗਿਫਟ ਵਿੱਚ ਦਿੱਤੇ ਹੋਏ ਵੀ ਵਿਖਾਏ ਗਏ ਨੇ। ਦੂਜੇ ਪਾਸੇ ਸਿਰਸਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ 30,000 ਦੇ ਚਸ਼ਮੇ ਉਨ੍ਹਾਂ ਤਰਲੋਚਨ ਸਿੰਘ ਨਾਂ ਦੇ ਇੱਕ ਸੇਵਾਦਾਰ ਨੂੰ ਬਣਾ ਕੇ ਦਿੱਤੇ ਨੇ, ਜਦਕਿ ਟੈਬਲੇਟ ਮੀਡੀਆ ਦੇ ਨੁਮਾਇੰਦਿਆਂ ਨੂੰ ਦਿੱਤੇ ਗਏ ਸਨ। ਇੱਕ ਪੁਰਾਣੀ ਕਹਾਵਤ ਹੈ ਕਿ ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ। ਪਰ ਸਿਰਸਾ ਉੱਤੇ ਇਹ ਕਹਾਵਤ ਕੁਝ ਇਸ ਤਰ੍ਹਾਂ ਫਿੱਟ ਬੈਠਦੀ ਹੈ ਕਿ ਪੈਸਾ ਗੁਰੂ ਦੀ ਗੋਲਕ ਦਾ ਅਤੇ ਮਸ਼ਹੂਰੀ ਭਾਜਪਾ ਦੀ। ਪਿਛਲੇ ਸਮੇਂ ਦੌਰਾਨ ਦਸੰਬਰ 2017 'ਚ ਦਿੱਲੀ ਕਮੇਟੀ ਨੇ ਸ਼ਹਿਰ ਦੇ ਬੇਘਰ ਗਰੀਬਾਂ ਨੂੰ ਕੰਬਲ ਤੇ ਖਾਣਾ ਤਕਸੀਮ ਕੀਤਾ ਸੀ, ਪਰ ਗੁਰੂ ਕੀ ਗੋਲਕ ਦੇ ਇਸ ਪੈਸੇ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਕੰਮ ਵੀ ਜ਼ੋਰ ਸ਼ੋਰ ਨਾਲ ਕੀਤਾ ਸੀ। ਕਮੇਟੀ ਦੀ ਇਸ ਸੇਵਾ ਦਾ ਚਿਹਰਾ ਸਿਰਸਾ ਨੇ ਆਪਣੇ ਸਿਆਸੀ ਰਹਿਨੁਮਾ ਬੀਜੇਪੀ ਦੇ ਦਿੱਲੀ ਪ੍ਰਧਾਨ ਮਨੋਜ ਤਿਵਾਰੀ ਨੂੰ ਬਣਾਇਆ ਸੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਅਜਿਹਾ ਕਰਨ 'ਚ ਨਾਕਾਮ ਰਹਿਣ ਤੇ ਖੂਬ ਖਰੀਆਂ ਖੋਟੀਆਂ ਵੀ ਸੁਣਾਈਆਂ ਸਨ। ਸਿਰਸਾ ਨੇ ਇਹ ਖੁਦ ਕਬੂਲਿਆ ਕਿ ਇਸ ਕੰਮ ਲਈ ਸਾਰਾ ਖਰਚਾ ਦਿੱਲੀ ਕਮੇਟੀ ਨੇ ਕੀਤਾ, ਪਰ ਫਿਰ ਮਨੋਜ ਤਿਵਾਰੀ ਉੱਥੇ ਕੀ ਕਰ ਰਹੇ ਸਨ ਇਸ ਬਾਰੇ ਉਹ ਕੁਝ ਨਹੀਂ ਬੋਲ ਸਕੇ। ਕੀ ਇਹ ਗੱਲ ਜਾਇਜ਼ ਠਹਿਰਾਈ ਜਾ ਸਕਦੀ ਹੈ ਕਿ ਗੁਰੂ ਦਾ ਸਿੱਖ ਜਦੋਂ ਕੋਈ ਨਿਸ਼ਕਾਮ ਸੇਵਾ ਕਰੇ ਤਾਂ ਉਸ ਦਾ ਪੂਰੀ ਤਰ੍ਹਾਂ ਨਾਲ ਸਿਆਸੀਕਰਨ ਕਰਕੇ ਰੱਖ ਦੇਵੇ? ਪਰ ਦਿੱਲੀ ਦੇ ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਦੇ ਕਮਲ ਚੋਣ ਨਿਸ਼ਾਨ ਤੇ ਵਿਧਾਇਕ ਬਣੇ ਸਿਰਸਾ ਲਈ ਆਪਣੇ ਸਿਆਸੀ ਆਕਾ ਨੂੰ ਖੁਸ਼ ਕਰਨਾ ਸ਼ਾਇਦ ਜ਼ਿਆਦਾ ਜ਼ਰੂਰੀ ਸੀ। ਹੁਣ ਇੱਕ ਸਿਆਸੀ ਸ਼ਖਸ ਜੋ ਪਾਰਟੀ ਦੇ ਏਜੰਡੇ ਨੂੰ ਅੱਗੇ ਰੱਖਣਾ ਜ਼ਰੂਰੀ ਸਮਝਦਾ, ਕੀ ਉਹ ਕੌਮ ਦੀ ਸੇਵਾ ਬਿਨਾਂ ਕਿਸੇ ਸਿਆਸੀ ਫਾਇਦੇ ਦੇ ਕਰ ਸਕੇਗਾ? ਇਹ ਵੱਡਾ ਸਵਾਲ ਹੈ। ਦਿੱਲੀ ਕਮੇਟੀ ਦੇ ਜ਼ਿਆਦਾਤਰ ਕੰਮ ਰਾਈਜ਼ਿੰਗ ਬਾਉਲ ਨਾਂ ਦੀ ਕੰਪਨੀ ਨੂੰ ਦਿੱਤੇ ਜਾਂਦੇ ਨੇ। ਸਰਨਾ ਭਰਾਵਾਂ ਦਾ ਇਲਜ਼ਾਮ ਹੈ ਕਿ ਇਹ ਕੰਪਨੀ ਬਾਦਲਾਂ ਦੇ ਹੀ ਨਜ਼ਦੀਕੀ ਲੋਕਾਂ ਦੀ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਕੋਟ ਕੀਤੇ ਗਏ ਰੇਟ, ਫਿਰ ਕਮੇਟੀ ਵੱਲੋਂ ਸੁਝਾਏ ਗਏ ਰੇਟ ਅਤੇ ਜਨਰਲ ਸਕੱਤਰ ਯਾਨੀ ਸਿਰਸਾ ਵੱਲੋਂ ਪਾਸ ਕੀਤੇ ਗਏ ਰੇਟਾਂ ਵਿੱਚ ਇੰਨਾ ਜ਼ਿਆਦਾ ਫਰਕ ਨਜ਼ਰ ਆਉਂਦਾ ਕਿ ਉਸ ਵਿੱਚੋਂ ਵੀ ਘੁਟਾਲੇ ਦੀ ਬੋ ਮੱਲੋ ਮੱਲੀ ਆਉਂਦੀ ਹੈ। ਯਾਨੀ ਕਿ ਕਮੇਟੀ ਦੇ ਹਰੇਕ ਕੰਮ ਵਿੱਚ ਪੈਸਾ ਗੁਰੂ ਦਾ, ਮਸ਼ਹੂਰੀ ਬੀਜੇਪੀ ਦੀ ਅਤੇ ਫਾਇਦਾ ਬਾਦਲਾਂ ਦੇ ਨਜ਼ਦੀਕੀਆਂ ਦਾ। ਕਮੇਟੀ ਦੇ ਸਾਬਕਾ ਮੈਂਬਰ ਗੁਰਲਾਡ ਸਿੰਘ ਕਾਹਲੋਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ 6 ਵਰ੍ਹਿਆਂ ਤੋਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਅਹੁਦੇ ਤੇ ਬੈਠੇ ਸਿਰਸਾ ਆਪਣੀ ਦਾੜੀ ਰੰਗ ਕੇ ਲਗਾਤਾਰ ਰਹਿਤ ਮਰਿਆਦਾ ਦੀ ਉਲੰਘਣਾ ਕਰ ਰਹੇ ਨੇ। ਇਸ ਲਈ ਅਜਿਹੇ ਸ਼ਖਸ ਨੂੰ ਅਕਾਲ ਤਖ਼ਤ ਵਿਖੇ ਸੱਦ ਕੇ ਤਨਖਾਹ ਲਾਈ ਜਾਵੇ, ਨਾ ਕਿ ਪ੍ਰਧਾਨਗੀ ਦੇ ਅਹੁਦੇ ਨਾਲ ਨਵਾਜ਼ਿਆ ਜਾਵੇ। ਦੂਜੇ ਪਾਸੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਜਿਨ੍ਹਾਂ ਨੂੰ ਘੁਟਾਲੇ ਦੇ ਇਲਜ਼ਾਮਾਂ ਕਰਕੇ ਹੀ ਆਪਣੀ ਪ੍ਰਧਾਨਗੀ ਦੀ ਕੁਰਸੀ ਛੱਡਣੀ ਪਈ ਸੀ, ਉਹ ਵੀ ਸਿਰਸਾ ਦੇ ਨਾਲੋਂ ਵੱਖਰੇ ਵਿਚਾਰ ਰੱਖਦੇ ਹੋਏ ਨਜ਼ਰ ਆਉਂਦੇ ਨੇ। ਸਿਰਸਾ ਨੇ 2 ਦਿਨ ਪਹਿਲਾਂ ਕਮੇਟੀ ਮੈਂਬਰਾਂ ਨਾਲ ਮੀਟਿੰਗ ਵੀ ਕਿਸੇ ਗੁਰਦੁਆਰੇ ਦੇ ਅੰਦਰ ਨਹੀਂ ਸਗੋਂ ਇੰਪੀਰੀਅਲ ਹੋਟਲ 'ਚ ਕੀਤੀ ਸੀ, ਜੋ ਕਿ ਕਮੇਟੀ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਕਮੇਟੀ ਨਾਲ ਜੁੜੇ ਮਸਲੇ ਦੀ ਮੀਟਿੰਗ ਇਸ ਤਰ੍ਹਾਂ ਕਿਸੇ ਹੋਟਲ ਵਿੱਚ ਸੱਦੀ ਗਈ ਹੋਵੇ। ਹਾਲਾਂਕਿ ਘੁਟਾਲੇ ਦੇ ਇਲਜ਼ਾਮਾਂ ਕਰਕੇ ਆਪਣੀ ਕੁਰਸੀ ਗਵਾ ਚੁੱਕੇ ਮਨਜੀਤ ਜੀਕੇ ਸਮੇਤ ਬਾਦਲ ਪਾਰਟੀ ਦੇ ਕੁਝ ਹੋਰ ਮੈਂਬਰਾਂ ਨੂੰ ਇਸ ਮੀਟਿੰਗ 'ਚ ਸੱਦਿਆ ਹੀ ਨਹੀਂ ਸੀ ਗਿਆ, ਕਿਉਂਕਿ ਸਿਰਸਾ ਨੂੰ ਇਹ ਵੀ ਡਰ ਸਤਾ ਰਿਹਾ ਕਿ ਬਾਦਲ ਪਾਰਟੀ ਦੇ ਹੀ ਕੁਝ ਲੋਕ ਉਨ੍ਹਾਂ ਦੇ ਖਿਲਾਫ ਵੋਟ ਪਾ ਸਕਦੇ ਨੇ। ਹੁਣ 15 ਮਾਰਚ ਨੂੰ ਹੋਣ ਵਾਲੀ ਪ੍ਰਧਾਨ ਤੇ ਕਾਰਜਕਾਰਨੀ ਦੀ ਚੋਣ ਵਿੱਚ ਕੌਣ ਪ੍ਰਧਾਨ ਬਣਦਾ, ਇਹ ਤਾਂ ਸ਼ਾਇਦ ਬਾਦਲ ਪਾਰਟੀ ਹੀ ਤੈਅ ਕਰੇ। ਪਰ ਦਿੱਲੀ ਦੇ ਸਿੱਖ ਇਹ ਕਦੇ ਨਹੀਂ ਚਾਹੁਣਗੇ ਕਿ ਕੋਈ ਸਿਆਸੀ ਹਿੱਤਾਂ ਨੂੰ ਪੂਰਨ ਵਾਲਾ ਸ਼ਖਸ ਜੋ ਕੱਟੜਵਾਦੀ ਸਿਆਸੀ ਪਾਰਟੀ ਦੇ ਨੁਮਾਇੰਦੇ ਵਜੋਂ ਵਿਚਰ ਰਿਹਾ ਹੋਵੇ ਅਤੇ ਜਿਸ ਤੇ ਰਹਿਤ ਮਰਿਆਦਾ ਦੀ ਉਲੰਘਣਾ ਦੇ ਵੀ ਗੰਭੀਰ ਇਲਜ਼ਾਮ ਲੱਗਦੇ ਆ ਰਹੇ ਹੋਣ, ਉਸ ਨੂੰ ਦਿੱਲੀ ਕਮੇਟੀ ਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਸਿਰਫ ਇਸ ਲਈ ਬਿਠਾ ਦਿੱਤਾ ਜਾਵੇ ਕਿਉਂਕਿ ਉਸ ਦਾ ਵੱਡਾ ਰਸੂਖ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।